रजिया द टाइग्रेस। ता बच्चियों, आज असी एक पोएम करन जा रहे हैं जिस पोएम का नाम है रजिया द टाइग्रेस, जो कि KKM दारूवाला वालों लिखी गई है। इस पोएम का लेखक कौन है? KKM दारूवाला। है तो एक स्टोरी, पर इसनु पोएम के रूप में दिखाया गया है। ता चलो बच्चियों, पोएम स्टार्ट करते हैं। द टाइग्रेस रजिया लिव्स एलोन। हर टू कब्स हैव नॉट येट बीन नेम्ड। शेरो बेयरली प्लेड विद देम। एंड नाउ ही इज गोन। ओह व्हाट अ शेम। शेरो वाज एन एक्सपर्ट ऑन विंड्स। न्यू हाउ दे ट्रैवर्स्ड डेल एंड हिल। एंड वेयर दे पुट अप फॉर द नाइट। व्हेन नो लिव स्टर्ड एंड ऑल वाज स्टिल। हुण देखो, टाइगर दा फीमेल की हुंदा है? टाइग्रेस, है ना। इस दे विच एक रजिया है जो कि टाइग्रेस है। ओ इस वक्त अकेले ही रह रही है। उस दे दो छोटे बच्चे हैं, उन्हां दे जो कोई नाम नहीं रखा गया। शेरू जो कि रजिया दा साथी है अते उन्हां बच्चों दा पिता है, ओ उन्हां नाल कुछ समय ही खेड़िया होवेगा अते हुण ओ चला गया है। किन्नी शर्म दी गल है कि ओह अपनी साथन अते दो छोटे छोटे बच्चों नू इकल्ला ही दुख झलण लई छड़ गया है, क्योंकि ओह अजे तक वापस नहीं आया। ये भी हो सकता है कि शायद शेरू शिकारियों द्वारा मार दिता गया होगा। पर इस दे विच जेकर असी शेरू बारे गल करिए, वह हवावां दे संबंध में बहुत माहिर सी। वह जानता सी कि हवावां घाटी अते पहाड़ी दे उपर किस तरह घूमदियां फिरदियां हन अते रात नू किस जगह आराम करदियां हन। वह उन्हां थावां नू भी जानता सी जिथे कोई पत्ता नहीं हिल रहा हुंदा, कि जिथे कोई हवा ना आ रही होवे, एक पत्ता भी नहीं हिल रहा हुंदा। वह उन्हां जगहां नू भी जानता सी जिथे सब कुछ शांत हुंदा है। हुण अपना नैक्सट पैराग्राफ शुरू करते हाँ। ही न्यू हिज विंड्स देयर ट्रैफिक लेंस। ही न्यू द डियर वुड स्मेल हिम आउट इफ दे वर डाउन विंड। सो ही वुड बैली क्रॉल एंड क्रॉच एंड टेक अ लॉन्ग सर्कुलर रूट हाइडिंग बिहाइंड बुश एंड स्टब। वंस ही न्यू हिज स्कैंट वॉन्ट कैरी इन अ फ्लैश ही वुड इरप्ट। ਤਾਂ ਇਸ ਦਾ ਮਤਲਬ ਇਹ ਹੈ, ਉਹ ਆਪਣੇ ਖੇਤਰ ਦੀਆਂ ਹਵਾਵਾਂ ਨੂੰ ਅਤੇ ਉਹਨਾਂ ਦੇ ਵਗਣ ਦੇ ਰਸਲ ਜਾਣਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਹਿਰਨਾਂ ਦੇ ਝੁੰਡ ਸੁੰਘ ਕੇ ਉਸ ਬਾਰੇ ਜਾਣ ਲੈਣਗੇ। ਕਿਉਂਕਿ ਤੁਹਾਨੂੰ ਪਤਾ ਹੈ, ਅਸੀਂ ਹਵਾਵਾਂ ਦੇ ਕਾਰਨ ਹੀ ਸੁੰਘ ਸਕਦੇ ਹਾਂ। ਇਸ ਕਰਕੇ ਹਿਰਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਸ਼ੇਰ ਆ ਰਿਹਾ ਹੈ, ਅਤੇ ਜਿੱਥੇ ਕੋਈ ਹਵਾ ਨਹੀਂ ਹੁੰਦੀ ਸੀ ਉੱਥੇ ਹਿਰਨਾਂ ਨੂੰ ਪਤਾ ਹੀ ਨਹੀਂ ਚੱਲ ਪਾਉਂਦਾ ਸੀ ਕਿ ਸ਼ੇਰ ਕਿਤੇ ਆਸ ਪਾਸ ਹੈ ਜਾਂ ਨਹੀਂ ਹੈ, ਜਿਸ ਨੂੰ ਲੋਕ ਬਾਗਨ ਦਾ ਨਾਮ ਦਿੰਦੇ ਹਨ। ਇਸ ਲਈ ਜਿੱਥੇ ਕੋਈ ਹਵਾ ਨਹੀਂ ਹੁੰਦੀ ਸੀ ਤਾਂ ਸ਼ੇਰੂ ਉੱਥੇ ਹੀ ਸ਼ਿਕਾਰ ਕਰਦਾ ਸੀ। ਉਹ ਕੀ ਕਰਦਾ ਸੀ? ਹਮੇਸ਼ਾ ਸ਼ਿਕਾਰ ਉੱਥੇ ਕਰਦਾ ਜਿੱਥੇ ਕੋਈ ਪੱਤਾ ਵੀ ਨਹੀਂ ਹਿਲਦਾ ਹੁੰਦਾ। ਇਸ ਲਈ ਉਹ ਪੇਟ ਦੇ ਭਾਰ ਰਿੰਗਦਾ ਹੋਇਆ, ਲੁਕਦਾ ਹੋਇਆ ਇੱਕ ਲੰਮਾ ਚੱਕਰਾਕਾਰ ਰਸਤਾ ਲੈ ਲੈਂਦਾ ਅਤੇ ਝਾੜੀਆਂ ਅਤੇ ਪੱਤਿਆਂ ਦੇ ਪਿੱਛੇ ਖੁਦ ਨੂੰ ਛੁਪਾਈ ਰੱਖਦਾ। ਜਦੋਂ ਉਸਨੂੰ ਇਸ ਗੱਲ ਦਾ ਯਕੀਨ ਹੋ ਜਾਂਦਾ ਕਿ ਉਸਦੀ ਜੋ ਗੰਧ ਹੈ, ਗੰਧ ਮਤਲਬ ਉਸਦੀ ਕੋਈ ਜੋ ਸਮੈਲ ਹੈ, ਉਹਨਾਂ ਤੱਕ ਨਹੀਂ ਪਹੁੰਚੇਗੀ, ਤਾਂ ਦੋ ਪਲ ਪਰ ਵਿੱਚ ਉਛਲ ਪੈਂਦਾ। ਹੁਣ ਨੈਕਸਟ ਪੈਰਾਗ੍ਰਾਫ ਰੀਡ ਕਰਦੇ ਹਾਂ। ਹੀ ਗੋਟ ਦ ਸਟੈਕ ਇਸ ਕਲੋ ਫੈਲ ਲਾਈਕ ਅ ਜਾਂਟ ਕਲੱਬ ਔਰ ਨੈਕ ਐਂਡ ਐਂਟਲਰ ਬੋਥ ਵਰ ਕ੍ਰਸ਼ਡ ਨਾਓ ਸ਼ੇਰੂਸ ਗੋਨ ਨੋਟ ਐਨੀ ਮੋਰ ਡੋ ਪੀਪਲ ਫੀਅਰ ਹਿਸ ਡ੍ਰੇਡਡ ਸਪੋਰ ਪਗ ਮਾਰਕਡ ਔਨ ਦ ਫੋਰੈਸਟ ਫਲੋਰ। ਹੁਣ ਇਸ ਦਾ ਮਤਲਬ ਇਹ ਹੈ, ਹਿਰਨਾਂ ਦੇ ਝੁੰਡ ਅਤੇ ਉਸ ਸੰਘਣੀ ਸਿੱਲੀ ਬਾਸੀ ਗੰਧ ਨੂੰ ਸੁੰਘ ਨਹੀਂ ਸਕਦੇ। ਉਸ ਨੂੰ ਲੋਕ ਬਾਗ ਗੰਧ ਦਾ ਨਾਮ ਦਿੰਦੇ ਹਨ। ਉਹ ਹਿਰਨਾਂ ਦੇ ਉੱਤੇ ਝੱਪਟ ਪਿਆ। ਉਸ ਦਾ ਪੰਜਾ ਇੱਕ ਭਾਰੀ ਗੱਦਾ ਦੀ ਤਰ੍ਹਾਂ ਹਿਰਨ ਦੇ ਗਰਦਨ ਅਤੇ ਸਿੰਘਾਂ 'ਤੇ ਇੱਕੋ ਵਾਰੀ ਜਾ ਪਿਆ ਅਤੇ ਉਸ ਨੂੰ ਉੱਥੇ ਹੀ ਕੁਚਲ ਦਿੱਤਾ। ਹੁਣ ਉਹ ਸ਼ੇਰੂ ਚਲਾ ਗਿਆ ਹੈ। ਕੀ ਮਤਲਬ? ਪਤਾ ਨਹੀਂ ਸ਼ੇਰੂ ਕਿੱਥੇ ਚਲਾ ਗਿਆ ਹੈ। ਸ਼ੇਰੂ ਚਲਾ ਗਿਆ ਸੀ, ਰਜ਼ੀਆ ਨੂੰ ਨਹੀਂ ਪਤਾ ਕਿ ਸ਼ੇਰੂ ਕਿੱਥੇ ਚਲਾ ਗਿਆ ਹੈ। ਹੁਣ ਲੋਕ ਉਸਦੀ ਭਿਆਨਕ ਗੰਧ ਤੋਂ ਨਹੀਂ ਡਰਦੇ ਹਨ, ਗੰਧ ਮਤਲਬ ਸਮੈਲ, ਅਤੇ ਨਾ ਹੀ ਜੰਗਲ ਧਰਤੀ 'ਤੇ ਉਸਦੇ ਪੈਰ ਦੇਖਣ ਨੂੰ ਮਿਲਦੇ ਹਨ। ਨੈਕਸਟ ਪੈਰਾਗ੍ਰਾਫ ਰੀਡ ਕਰਦੇ ਹਾਂ।
Grief and fear start competing in Razia's heart with Sheru gone. Will the hyenas hound her cubs? Can she leave the little ones alone? When she goes hunting flesh and bone, the tigress Razia lives in a fear. A greater dread when will again the poachers with their guns appear? ਹੁਣ ਇਸ ਦਾ ਮਤਲਬ ਇਹ ਹੈ ਰਜ਼ੀਆ ਦੇ ਦਿਲ ਵਿੱਚ ਦੁੱਖ ਅਤੇ ਡਰ ਦਾ ਅੰਤਰ ਦਵ ਹੋਣ ਲੱਗਦਾ ਹੈ ਉਸ ਦੇ ਅੰਦਰ ਕੋਈ ਡਰ ਜਾਂ ਮਹਿਸੂਸ ਹੋਣ ਲੱਗ ਜਾਂਦਾ ਹੈ ਦੁੱਖ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂ ਹੋ ਜਾਂਦਾ ਹੈ ਕਿਉਂਕਿ ਸ਼ੇਰੂ ਚਲਾ ਗਿਆ ਹੈ ਹੁਣ ਦੇਖੋ ਅਸੀਂ ਦੋ ਛੋਟੇ ਛੋਟੇ ਬੱਚੇ ਹੈ ਉਸਨੂੰ ਇਹ ਚਿੰਤਾ ਰਹਿੰਦੀ ਹੈ ਕਿ ਉਹਨਾਂ ਲਈ ਬੱਚਿਆਂ ਲਈ ਖਾਣਾ ਕਿਵੇਂ ਲੈ ਕੇ ਆਵੇ ਕਿ ਸ਼ਿਕਾਰ ਕਰਨ ਲਈ ਮਾਂ ਸੱਡੀਆਂ ਕਿਵੇਂ ਲੱਭਣ ਜਾਵੇ ਉਹਨਾਂ ਨੂੰ ਇਕੱਲਾ ਕਿਵੇਂ ਛੱਡ ਕੇ ਜਾ ਸਕਦੀ ਹੈ ਜੇਕਰ ਸ਼ੇਰੂ ਅੱਜ ਸਾਥ ਉਹਨਾਂ ਦੇ ਕੋਲ ਹੁੰਦਾ ਤਾਂ ਉਸਨੇ ਮੁਸੀਬਤ ਨਹੀਂ ਆਉਣੀ ਸੀ ਉਹ ਇਹ ਸੋਚਦੀ ਹੈ ਕਿ ਕਿਤੇ ਲੱਕੜ ਬੱਗੇ ਉਸਦੇ ਬੱਚੇ ਨੂੰ ਸ਼ਿਕਾਰੀ ਕੁੱਤਿਆਂ ਦੀ ਤਰ੍ਹਾਂ ਉਸਣ ਦੇਣਗੀ ਕਿ ਆਪਣੇ ਬੱਚੇ ਨੂੰ ਇਕੱਲਾ ਕਿਵੇਂ ਛੱਡ ਜਾਵੇ ਉਹ ਆਪਣੇ ਬੱਚਿਆਂ ਨੂੰ ਕਿ ਜਦ ਉਹ ਨਾ ਲਈ ਮਾਂ ਸਾਡੀ ਦਾ ਭੋਜਨ ਲੱਭਣ ਜਾਵੇ ਇਸ ਲਈ ਮਾਂ ਦਾ ਬਾਗ ਰਜ਼ੀਆ ਡਰ ਵਿੱਚ ਰਹਿ ਰਹੀ ਹੈ ਰਜ਼ੀਆ ਨੂੰ ਇਸ ਤੋਂ ਵੱਡਾ ਇੱਕ ਹੋਰ ਡਰ ਇਹ ਹੈ ਕਿ ਪਤਾ ਨਹੀਂ ਕਦੋਂ ਚੋਰ ਸ਼ਿਕਾਰੀ ਲੋਕ ਆਪਣੀ ਬੰਦੂਕਾਂ ਲੈ ਕੇ ਇੱਕ ਵਾਰ ਫਿਰ ਉੱਥੇ ਆ ਜਾਣ ਮਤਲਬ ਕਿ ਜਿਵੇਂ ਚੋਰ ਸ਼ਿਕਾਰੀ ਜਿਹੜੇ ਸ਼ਿਕਾਰ ਕਰਦੇ ਨਾ ਜਾਨਵਰ ਨੂੰ ਮਾਰਦੇ ਹੈ ਉਹਨੂੰ ਇਸ ਦਾ ਵੀ ਡਰ ਸੀਗਾ ਕਿ ਪਤਾ ਨਹੀਂ ਕਿਹੜੇ ਵੇਲੇ ਆ ਜਾਣਗੇ ਤਾਂ ਸਾਡੀ ਪੋਇਮ ਇੱਥੇ ਹੀ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਪੋਇਮ ਅੱਛੀ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਥੈਂਕ ਯੂ